ਹਾਂਜੀ ਸਟਾਰਟ ਨਵੀਂ ਖੇਤੀ ਕਾਨੂੰਨਾ ਸੰਬੰਧੀ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ ਡੰਡੀ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ ਡੰਡੀ ਸਰਕਾਰ ਕਹਿ ਰਹੀ ਹੈ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ ਡੰਡੀ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕਦਮ ਵਧਾ ਰਹੇ ਹਾਂ ਡੰਡੀ ਇਹ ਆਰਡੀਨੈਂਸ ਸਹੀ ਮਾਇਨੇ ਵਿੱਚ ਕਿਸਾਨਾਂ ਨੂੰ ਬਚੋਲਿਆ ਅਤੇ तमाम ੜਕਿਆਂ ਤੋਂ ਆਜ਼ਾਦ ਕਰ ਦੇਵੇਗਾ ਡੰਡੀ ਖੇਤੀ ਸਧਾਰਨ ਨਾਲ ਕਿਸਾਨਾਂ ਨੂੰ ਆਪਣੀ ਫਸਲ ਬੇਚਣ ਲਈ ਨਵੇਂ ਮੌਕੇ ਅਤੇ ਬਾਜ਼ਾਰ ਮਿਲਣਗੇ ਡੰਡੀ ਜਿਸ ਨਾਲ ਕਿਸਾਨਾਂ ਦਾ ਮਨਾਫਾ ਵਧੇਗਾ ਡੰਡੀ ਕਿਸਾਨਾਂ ਨੂੰ ਆਧੁਨਿਕ ਟੈਕਨਾਲੋਜੀ ਦਾ ਲਾਭ ਮਿਲੇਗਾ ਕਮਾ ਕਿਸਾਨ ਮਜ਼ਬੂਤ ਹੋਣਗੇ ਡੰਡੀ ਸਰਕਾਰ ਦੀ ਪੂਰੀ ਬਿਆਨਵਾਜੀ ਦਾ ਨਿਚੋੜ ਇਹ ਹੈ ਕਿ ਕਿਸਾਨ ਆਪਣੀ ਮਰਜੀ ਦਾ ਮਾਲਕ ਹੋਵੇਗਾ ਅਤੇ ਜਿੱਥੋਂ ਮੁਨਾਫਾ ਮਿਲੇਗਾ ਉੱਥੇ ਆਪਣੀ ਫਸਲ ਵੇਚਣ ਲਈ ਆਜ਼ਾਦ ਹੋਵੇਗਾ ਡੰਡੀ ਉਸ ਨੂੰ ਮੰਡੀ ਬਾਗ ਕੋਈ ਟੈਕਸ ਨਹੀਂ ਦੇਣਾ ਪਵੇਗਾ ਡੰਡੀ ਪੈਰਾ ਅਜੇ ਇਹ ਵਿੱਚ ਸਵਾਲ ਹੈ ਕਿ ਸਰਕਾਰ ਕਿਸਾਨਾਂ ਲਈ ਜਿੰਨਾ ਬਿੱਲਾਂ ਨੂੰ मुनाफी ਵਾਲਾ 10 ਰਹੀ ਹੈ ਕਉਮਾ ਉਨ੍ਹਾਂ ਤੇ ਹਗਾਮਾ ਕਿਉਂ ਮੱਚਿਆ ਹੈ ਪ੍ਰਸ਼ਨ ਚਿੰਨ ਕੀ ਵਾਕਿਆ ਇਸ ਨਾਲ ਕਿਸਾਨ ਨਰਾਜ ਹਨ ਜਾਂ ਫਿਰ ਉਹ ਵਿਚੋਲਿਆਂ ਅਤੇ ਆੜਤੀਏ ਜੋ ਕਿਸਾਨਾਂ ਦਾ ਹੱਕ ਮਾਰਦੇ ਆਏ ਹਨ ਡੰਡੀ ਸਵਾਲ ਏ ਵੀ ਹੈ ਕਿ ਜੋ ਅੰਦੋਲਨ ਹੋ ਰਿਹਾ ਹੈ ਇਹ ਕਿਸਾਨ ਹਨ ਜਾਂ ਵਿਚੋਲੇ ਪ੍ਰਸ਼ਨ ਚਿੰਨ ਕਿਉਂਕਿ ਮੰਡੀ ਵਿੱਚ ਹੀ ਸਭ ਤੋਂ ਵੱਡਾ ਕਪਲਾ ਕੀਤਾ ਜਾਂਦਾ ਹੈ ਟੰਡੀ ਸਟਾਪ